सारियां प्यार भरी सत श्री अकाल, तुहाडा सारियां दा स्वागत करदी आं। अज आपां बनावांगे रिंग समोसा, क्योंकि साडे घर अज आणे आ गैसट है। गैसट आने करके असीं डिफरेंट चीज बनाउणी है, क्योंकि समोसा पैटीज दा बहुत वारी बना लिया ने, हुण समथिंग डिफरेंट ट्राई करना हैगा, ते आपां हुण बनावांगे बहुत ईजी वे दे नाल। ਅਤੇ ਦੇਖਣ ਨੂੰ ਸਗੋਂ ਸੋਹਣੇ ਲੱਗਦੇ ਪਏ ਹੈਗਾ ਉਹੀ ਚੀਜ਼ ਲੱਗਦੀ ਹੈ, ਮਟੀਰੀਅਲ ਸੇਮ ਉਹੀ ਉੱਦਾਂ ਦਾ ਹੀ ਲੈਣਾ, ਪਰ ਸ਼ੇਪ ਡਿਫਰੈਂਟ ਆ ਬਣਾਉਣ ਦਾ ਤਰੀਕਾ, ਪਰ ਈਜ਼ੀ ਆ, ਈਜ਼ੀ ਵੇ ਦੇ ਨਾਲ ਬਿਲਕੁਲ। ਜਿੱਦਾਂ ਆਪਾਂ ਸਮੋਸਾ ਬਣਾਏ ਦੇ ਆ, ਬਸ ਡਿਫਰੈਂਟ ਸ਼ੇਪ ਦੇ ਦੇਣੀ ਆ। ਹੁਣ ਇਹਨੂੰ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ। ਅੱਜ ਹੁਣ ਆਪਾਂ ਬਣਾਵਾਂਗੇ ਰਿੰਗ ਸਮੋਸਾ। ਉਹਦੇ ਲਈ ਆਪਾਂ ਪ੍ਰੈਪਰੇਸ਼ਨ ਕਰ ਲਈ ਹੋਈ ਆ, ਮੈਂ ਤੁਹਾਨੂੰ ਸਟੈਪ ਬਾਏ ਸਟੈਪ ਦੱਸ ਦਿੰਦੀ। ਸਾਡੇ ਘਰ ਆਉਣਾ ਕਿਸੇ ਨੇ ਤਾਂ ਫਿਰ ਬਾਹਰੋਂ ਲਾਈਕ ਨਹੀਂ ਕਰਦੇ ਖਾਣਾ, ਅਤੇ ਆਪਾਂ ਘਰ ਬਣਾਵਾਂਗੇ। ਇਹ ਮੈਂ 2 ਕੱਪ ਮੈਦਾ ਲੈ ਲਿਆ ਹੈਗਾ। ਸਭ ਤੋਂ ਪਹਿਲਾਂ ਉਹਦਾ ਆਪਾਂ ਰੈਡੀ ਕਰਨੀ ਹੈਗੀ ਡੋ, ਫਿਰ ਆਪਾਂ ਉਹਦੀ ਸਟਫਿੰਗ ਰੈਡੀ ਕਰਾਂਗੇ। ਤੁਹਾਨੂੰ ਮੈਂ ਸਟੈਪ ਬਾਏ ਸਟੈਪ ਦੱਸਦੀ ਪਈ ਹਾਂ, ਅਤੇ ਫਿਰ ਆਪਾਂ ਹੁਣ ਫਿਰ ਬਾਅਦ 'ਚ ਬਣਾਵਾਂਗੇ ਆਪਾਂ। ਅਤੇ ਆਪਾਂ ਮੈਂ 2 ਕੱਪ ਮੈਦਾ ਲੈ ਲਿਆ, ਉਹਦੇ 'ਚ ਮੈਂ 1/2 ਚਮਚ ਪਾਉਣ ਲੱਗੀ ਹੈਗੀ ਹਾਂ ਜਵੈਣ ਸਾਲਟ, ਹਾਫ ਟੀ ਅਕੋਰਡਿੰਗ ਟੂ ਯੂਰ ਟੇਸਟ, ਬਟ ਮੈਂ ਹਾਫ ਹੀ ਪਾਉਣ ਲੱਗੀ ਹੈਗੀ ਹਾਂ। ਅਤੇ ਨਾਲ ਮੈਂ ਪਾਵਾਂਗੀ ਪੁਦੀਨਾ ਕਰਸ਼ ਕੀਤਾ, ਤੁਸੀਂ ਮੇਥੀ ਵੀ ਪਾ ਸਕਦੇ ਹੋ, ਕਸੂਰੀ ਮੇਥੀ ਜਿਹੜੀ ਹੁੰਦੀ ਆ ਆਪਾਂ ਸੁਕਾਈ ਹੁੰਦੀ ਘਰੇ ਫਰੈਸ਼, ਉਹ ਪਾ ਲਈ। ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਇਹਨੂੰ ਮਿਕਸ ਕਰ ਲੈਣਾ। ਜਿਹੜਾ ਇੱਕ ਧਿਆਨ ਗੱਲ ਦਾ ਧਿਆਨ ਰੱਖਣਾ ਹੈਗਾ, ਜਿਹੜਾ ਆਪਣਾ ਡੋ ਹੁੰਦੀ ਆ ਵੀ ਸਮੋਸੇ ਦੀ ਡੋ, ਇਹ ਥੋੜ੍ਹੀ ਜਿਹੀ ਹਾਰਡ ਹੁੰਦੀ ਪੂੜੀ ਦੇ ਆਟੇ ਨਾਲੋਂ, ਆਪਾਂ ਇਹਨੂੰ ਹਾਰਡ ਗੁੰਨਣਾ ਆ, ਪਤਲਾ ਨਹੀਂ ਕਰਨਾ ਹੈਗਾ। ਹਲੋ, ਇਹ ਆਪਣਾ ਚੰਗੀ ਤਰ੍ਹਾਂ ਮਿਕਸ ਹੋ ਗਿਆ। ਹੁਣ ਆਪਾਂ ਇਹਦੇ 'ਚ ਪਾਵਾਂਗੇ 3 ਤੋਂ 4 ਟੀਸਪੂਨ ਆਪਾਂ ਆਇਲ ਪਾਵਾਂਗੇ, ਤਾਂ ਜੋ ਕਿ ਜਿਹੜਾ ਮੋਨ ਆਪਾਂ ਕਹਿ ਦਿੰਦੇ ਹਾਂ ਵੀ ਸਹੀ ਹੋਵੇ। ਜਿੱਦਾਂ ਆਪਾਂ ਮਟਰੀ 'ਚ ਮੋਨ ਪਾਈਦਾ ਜ਼ਿਆਦਾ, ਜਿੱਦਾਂ ਉਹ ਮੋਟਾ ਵੀ ਹਾਰਡ ਨਾ ਬਣੇ, ਇਸ ਕਰਕੇ ਆਪਾਂ ਨੂੰ ਮੋਨ ਵੀ ਐਡ ਕਰਨਾ ਪੈਂਦਾ ਆ। ਹੁਣ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਆਹ ਕੱਪ ਜਿਹੜੇ ਮੈਂ ਤੁਹਾਨੂੰ ਅੱਗੇ ਵੀ ਦਿਖਾਏ ਹੋਏ ਆ, ਇਹ ਹੈਗੇ ਆ ਮੇਰੇ 250 ml ਦਾ ਕੱਪ ਆ, ਇਹਨੂੰ ਮੈਂ 1 ਕੱਪ ਕਾਊਂਟ ਕਰਦੀ ਹਾਂ। ਇੱਦਾਂ ਦੇ ਮੈਂ 2 ਕੱਪ ਆਟੇ ਦੇ ਲਏ ਹੋਏ ਨੇ। ਹਾਂਜੀ, ਜਿਹੜਾ ਕਿ ਮੋਨ ਪਾਉਣ ਤੋਂ ਬਾਅਦ ਇਹਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈਗਾ। ਇੱਦਾਂ ਦੀ ਦੋ ਉਹਦੀ ਹੁੰਦੀ ਕੰਸਿਸਟੈਂਸੀ ਹੋਣੀ ਚਾਹੀਦੀ, ਜਦੋਂ ਆਪਾਂ ਪ੍ਰੈਸ ਕਰਦੇ ਹਾਂ ਕਿ ਸਟਿੱਕ ਜਿਹੀ ਹੋ ਜਾਂਦੀ ਆ। ਸੋ ਦੈਟ ਮੀਨਸ ਕਿ ਆਪਣਾ ਮੋਨ ਬਿਲਕੁਲ ਵਧੀਆ ਪਿਆ ਹੋਇਆ ਹੈਗਾ। ਜਿਹੜਾ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਇਹਨੂੰ ਆਪਾਂ ਹੁਣ ਗੁੰਨਾਂਗੇ। ਅਤੇ ਅੱਗੇ ਜਿੱਦਾਂ ਹੁਣ ਮੈਂ ਤੁਹਾਨੂੰ ਦੱਸ ਕੇ ਹਟੀ ਹਾਂ, ਇਹਦੀ ਡੋ ਜਿਹੜੀ ਬਣਾਉਣੀ ਆ ਉਹ ਥੋੜ੍ਹੀ ਹਾਰਡ ਹੀ ਬਣਾਉਣੀ ਆ, ਬਈ ਜ਼ਿਆਦਾ ਸੋਫਟ ਨਹੀਂ ਹੋਣੀ ਚਾਹੀਦੀ। ਜਿੱਦਾਂ ਪੂੜੀ ਦਾ ਆਟਾ ਹੁੰਦਾ, ਉਸ ਤੋਂ ਵੀ ਥੋੜ੍ਹੀ ਜਿਹੀ ਹਾਰਡ ਹੁੰਦੀ ਹੈ ਇਹਦੀ ਡੋ। ਗੁੰਨਦੇ ਜਾਵਾਂਗੇ ਅਤੇ ਕਰਦੇ ਮਲਦੇ ਜਾਵਾਂਗੇ ਅਤੇ ਗੁੰਨਦੇ ਜਾਵਾਂਗੇ। ਇਹ ਆਟਾ ਗੁੰਨਣਾ ਬਹੁਤ ਔਖਾ ਲੱਗਦਾ, ਪਤਾ ਨਹੀਂ, ਬਾਕੀ ਕੰਮ ਮੈਨੂੰ ਸਾਰੇ ਸੌਖੇ ਆ, ਪਰ ਆਟਾ ਗੁੰਨਣਾ ਬਹੁਤ ਔਖਾ ਲੱਗਦਾ। ਜਿਵੇਂ ਛੋਟੇ ਹੁੰਦੇ ਵੀ ਮੰਮੀ ਨੂੰ ਕਹਿਣਾ ਵੀ ਜੇ ਤਾਂ ਤੁਸੀਂ ਆਟਾ ਗੁੰਝੋਗੇ ਤਾਂ ਕਿਤੇ ਜਾਣ ਤੋਂ ਪਹਿਲਾਂ ਤਾਂ ਰੋਟੀ ਬਣ ਜਾਊਗੀ, ਅਦਰਵਾਈਜ਼ ਫਿਰ ਰੋਟੀ ਨੂੰ ਬੈਠੇ ਰਹਿੰਦੇ ਹੁੰਦੇ ਸੀ, ਕਿਉਂਕਿ ਮੈਨੂੰ ਆਟੇ 'ਚ ਮੁੱਕੀਆਂ ਜਿਹੀਆਂ ਮਾਰਨੀਆਂ, ਉਂਗਲਾਂ ਮਾਰਨੀਆਂ ਮੈਂ ਲਾਈਕ ਹੀ ਨਹੀਂ ਕਰਦੀ। ਮਸ਼ੀਨ ਵੀ ਹੈਗੀ ਆ, ਪਰ ਮਸ਼ੀਨ 'ਚ ਕੌਣ ਕਰੇ ਹੁਣ, ਇੰਨਾ ਕੁ ਥੋੜ੍ਹਾ ਜਿਹਾ ਆਟਾ ਗੁੰਨਾ ਹੁੰਦਾ, ਫਿਰ ਮਸ਼ੀਨ ਲੱਗ ਲਬੇੜੋ ਫਿਰ ਧੋਵੋ। ਹਾਂਜੀ, ਆਪਾਂ ਥੋੜ੍ਹਾ ਥੋੜ੍ਹਾ ਪਾਣੀ ਐਡ ਕਰਕੇ ਆਟਾ ਗੁੰਨਦੇ ਜਾਵਾਂਗੇ। ਮੈਂ 1 ਕੱਪ ਪਾਣੀ ਲਿਆ ਸੀ, ਉਹਦੇ 'ਚੋਂ 1 ਤੋਂ 1.25 ਕੱਪ ਪਾਣੀ ਲਿਆ ਸੀ, ਉਹਦੇ 'ਚੋਂ ਵੀ ਮੇਰਾ ਪਾਣੀ ਬਚ ਗਿਆ। ਅਤੇ ਆਪਾਂ ਇੰਨਾ ਪਤਲਾ ਨਹੀਂ ਇਹਨੂੰ ਕਰਨਾ ਹੈਗਾ, ਕਿ ਜਿੰਨਾ ਹਾਰਡ ਹੋਊਗਾ ਉਨੇ ਲਈ ਆਪਣੇ ਲਈ ਰੋਟੀ ਜਿਹੜੀ ਬਣਾਵਾਂਗੇ ਉਹ ਈਜ਼ੀ ਰਹਿ ਜਾਂਦੀ ਆ, ਵੀ ਇਹਦੀ ਸਟਫਿੰਗ ਡੋ ਦੀ ਤਾਂ ਸਟਫਿੰਗ ਕਰਨੀ ਈਜ਼ੀ ਰਹਿ ਜਾਂਦੀ ਆ। ਹਾਂਜੀ, ਆਪਣੀ ਜਿਹੜੀ ਡੋ ਹੈਗੀ ਉਹ ਰੈਡੀ ਹੋ ਚੁੱਕੀ ਆ। ਹੁਣ ਆਪਾਂ ਹੱਥਾਂ 'ਤੇ ਨਾ ਤੇਲ ਲਗਾ ਕੇ ਆਪਾਂ ਇਹਨੂੰ ਸੈੱਟ ਹੋਣ ਦੇ ਲਈ 15 ਤੋਂ 20 ਮਿੰਟ ਜਾਂ 1/2 ਘੰਟਾ ਰੱਖ ਦਿਉ, ਬੈਟਰ ਰਹਿੰਦਾ। ਇਹਨੂੰ ਆਪਾਂ ਹੁਣ ਰੱਖ ਲਵਾਂਗੇ, ਚੰਗੀ ਤਰ੍ਹਾਂ ਸਾਰੇ ਪਾਸੇ ਤੇਲ ਲੱਗ ਜਾਵੇ, ਤਾਂ ਜੋ ਕਿ ਜਿਹੜੀ ਉੱਪਰਲੀ ਬਰਤਨ ਆ ਇਹਦੀ ਉਹ ਡਰਾਈ ਨਾ ਹੋਵੇ। ਹਾਰਡ ਇੰਨੀ ਹਾਰਡ ਹੋਣੀ ਚਾਹੀਦੀ ਦੀ ਕੰਸਿਸਟੈਂਸੀ, ਜਿੰਨੀ ਹਾਰਡ ਹੋਊਗੀ ਉਨੀ ਵਧੀਆ ਰਹਿੰਦੀ ਆ, ਕਿਉਂਕਿ ਵੇਲਣ ਦੇ ਲਈ ਆਪਣਾ ਨੂੰ ਈਜ਼ੀ ਰਹਿ ਜਾਂਦਾ ਆ, ਐਮ ਸਟਫਿੰਗ ਕਰਕੇ ਬਣਾਉਣਾ ਈਜ਼ੀ ਰਹਿ ਜਾਂਦਾ, ਤਾਂ ਕਰਕੇ ਆਪਾਂ ਹੁਣ ਇਹਨੂੰ ਸੈੱਟ ਹੋਣ ਦੇ ਲਈ ਰੱਖ ਦਾਂਗੇ। ਇੱਦਾਂ ਦਾ ਆਪਣਾ ਹੁਣ ਆਟਾ ਜਿਹੜਾ ਹੈਗਾ ਡੋ ਦਾ ਉਹ ਰੈਡੀ ਹੋ ਚੁੱਕਾ। ਹਾਂਜੀ, ਆਪਣਾ ਹੁਣ ਰੈਡੀ ਹੋ ਚੁੱਕਾ ਹੈ, ਅਤੇ ਹੁਣ ਆਪਾਂ ਇਹਨੂੰ ਸਾਈਡ 'ਤੇ ਢੱਕ ਕੇ ਰੱਖ ਦਾਂਗੇ। ਹਾਂਜੀ, ਹੁਣ ਆਪਾਂ ਬਣਾਵਾਂਗੇ ਸਟਫਿੰਗ, ਅਤੇ ਸਟਫਿੰਗ ਦੇ ਲਈ ਜੇ ਸਮੋਸੇ ਦੀ ਸਟਫਿੰਗ ਦੇ ਵਿੱਚ ਆਪਾਂ ਪਾਉਣਾ ਹੈਗਾ ਆ, ਮੈਂ ਲੈ ਲਏ ਹੈਗੇ 4 ਕੁ ਪੋਟੈਟੋਜ਼ ਲਏ ਆ, ਬੋਇਲ ਕਰ ਲਏ ਹੋਏ ਆ, ਬੋਇਲ ਕਰਕੇ ਛਿੱਲਾ ਉਤਾਰ ਕੇ ਰੱਖ ਲਈਆਂ ਹੋਈਆਂ ਨੇ। ਇਹਦੇ ਵਿੱਚ ਆਪਾਂ ਹੁਣ ਐਡ ਕਰਾਂਗੇ ਮਟਰ, ਜਿਹੜੇ ਕਿ
ਫਰੈਸ਼ ਮਟਰ ਨੂੰ ਮੈਂ ਥੋੜ੍ਹਾ ਜਿਹਾ ਬੋਇਲ ਕਰ ਲੈਂਦੀ ਹੁੰਦੀ ਹਾਂ ਗਰਮ ਪਾਣੀ ਦੇ ਵਿੱਚ, ਇੱਕ ਦੋ ਮਿੰਟ ਬੋਇਲ ਕਰ ਲਓ ਫਿਰ ਛੇਤੀ ਸੌਫਟ ਹੋ ਜਾਂਦੇ ਆ। ਇਹ ਹੈਗੇ ਆਪਣੇ ਫਰੈਸ਼ ਪੀਸ, ਤੁਸੀਂ ਦੇਖ ਸਕਦੇ ਹੋਵੋਗੇ। ਹੁਣ ਆਪਾਂ ਇਹ ਮਿਕਸ ਕਰਾਂਗੇ। ਚਲ ਚੁੱਕੇ ਆ, ਹਰੇ ਹਰੇ ਸੋਹਣੇ ਲੱਗਦੇ ਆ। ਹੁਣ ਆਪਾਂ ਕਰਾਂਗੇ ਸਾਰੇ ਮਸਾਲੇ ਐਡ। ਉਹਦੇ ਵਿੱਚ ਆਪਾਂ ਮੈਂ ਹੁਣ ਪਰ ਆਪਾਂ ਪਿਆਜ਼ ਐਡ ਕਰ ਲਈਏ। ਮੈਂ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਨੂੰ ਚੌਪ ਕਰ ਲਿਆ ਹੈਗਾ ਬਰੀਕ ਬਰੀਕ, ਆਪਾਂ ਉਹ ਪਾਵਾਂਗੇ। ਗ੍ਰੀਨ ਮਿਰਚ, ਗ੍ਰੀਨ ਚਿੱਲੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਤੁਸੀਂ ਅਕੋਰਡਿੰਗ ਟੂ ਯੋਰ ਟੇਸਟ, ਜੇ ਤੁਸੀਂ ਲਾਈਕ ਕਰਦੇ ਹੋ ਸਪਾਈਸੀ, ਕਿਉਂਕਿ ਮੈਂ ਪਰਸਨਲੀ ਸਪਾਈਸੀ ਲਾਈਕ ਕਰਦੀ ਹਾਂ। ਇਹ ਹੈਗਾ ਮੇਰਾ ਪਨੀਰ, ਜੋ ਕਿ ਮੈਂ ਛੋਟਾ ਛੋਟਾ ਪਨੀਰ ਕੱਟ ਕੇ ਰੱਖ ਲਿਆ ਹੈਗਾ ਆ। ਅਤੇ ਇਹ ਹੁਣ ਮੈਂ ਐਡ ਕਰਾਂਗੀ ਪਨੀਰ, ਵਿੱਚ ਆਪਾਂ ਕਰਾਂਗੇ ਐਡ ਜਿੰਜਰ, ਚੌਪ ਜਿੰਜਰ। ਓਕੇ, ਸੋ ਹੁਣ ਇਹ ਆਪਾਂ ਹੁਣ ਕਰਾਂਗੇ ਮਸਾਲੇ ਸਾਰੇ ਐਡ, ਜਿਹੜੇ ਕਿ ਇਹ ਹੈਗਾ ਕਸੂਰੀ ਮੇਥੀ, ਇਹ ਹੈਗਾ ਗਰਮ ਮਸਾਲਾ, ਇਹ ਹੈਗਾ ਆ ਕਿਊਮਨ ਪਾਊਡਰ ਜਿਹੜਾ ਕਿ ਜੀਰਾ ਭੁੰਨੇ ਜੀਰੇ ਦਾ ਮਸਾਲਾ, ਇਹ ਮੈਂ ਪਾਉਣ ਲੱਗੀ ਅੰਬਚੂਰ, ਖੱਟਾ ਮਿੱਠਾ ਖੱਟਾ ਮਿੱਠਾ ਟੇਸਟ ਆਉਂਦਾ ਹੈਗਾ ਆ। ਬੱਚੇ ਘਾਈ ਦਾ ਹੁਣ ਮੈਂ ਕਿੱਥੇ ਰੱਖੂੰਗੀ ਇਹਨਾਂ ਨੂੰ, ਹਲੋ ਇਹ ਵੀ ਮੈਂ ਐਡ ਕਰ ਲਏ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੇਰੀ ਲੂਣ ਦੀ ਪਟਾਰੀ ਦੇ ਵਿੱਚੋਂ ਦੀ ਪਾਵਾਂਗੇ ਆਪਾਂ ਸਾਲਟ ਅਕੋਰਡਿੰਗ ਟੂ ਯੋਰ ਟੇਸਟ। ਹੁਣ ਆਪਾਂ ਥੋੜ੍ਹੀ ਜਿਹੀ ਪਾਵਾਂਗੇ ਜਵੈਣ, ਜਵੈਣ ਆਪਾਂ ਉਹਦੇ 'ਚ ਵੀ ਪਾਈ ਹੁੰਦੀ ਆ, ਥੋੜ੍ਹਾ ਜਿਹਾ ਧਨੀਆ ਪਾਊਡਰ, ਧਨੀਆ ਪਾਊਡਰ ਤੋਂ ਬਾਅਦ ਆਪਾਂ ਇਹਨੂੰ ਸਾਰੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ, ਤਾਂ ਜੋ ਕਿ ਜਿਹੜੇ ਆਪਣੇ ਸਾਰੇ ਮਸਾਲੇ ਹੈਗੇ ਆ ਉਹ ਮਿਕਸ ਹੋ ਜਾਣ। ਥੋੜ੍ਹਾ ਜਿਹਾ ਮੈਂ ਮੇਥੀ ਪਾਊਡਰ ਵੀ ਪਾਈ ਦਿੰਦੀ ਹਾਂ, ਥੋੜ੍ਹੀ ਜਿਹੀ ਮੇਥੀ ਪਾਊਡਰ, ਥੋੜ੍ਹੀ ਜਿਹੀ ਰੈੱਡ ਚਿੱਲੀ, ਅਗਰ ਖਾਣਾ ਸਪਾਈਸੀ ਨਹੀਂ ਫਿਰ ਰਹਿਣ ਦਿਓ। ਆਹ ਮੈਂ ਵਿੱਚ ਪਾਤੇ ਚਿੱਲੀ ਫਲੈਕਸ, ਮੈਨੂੰ ਤਾਂ ਸਵਾਦ ਲੱਗਦਾ ਪਰ ਬਾਕੀ ਜਿਹੜੇ ਨੇ ਗੈਸਟਾਂ ਵਾਸਤੇ ਬਣਾਉਣਾ ਉਹਨਾਂ ਨੂੰ ਲੱਗਣ ਮਿਰਚਾਂ ਖਾਣੀਆਂ ਸਵਾਦ ਲੱਗਣ ਜਾਂ ਨਾ ਲੱਗਣ। ਜਿਹੜੇ ਆਪਣਾ ਸਾਰਾ ਮਸਾਲਾ ਸੀਗਾ ਪਟੈਟੋਸ ਦੇ ਵਿੱਚ ਬੋਇਲ, ਪਟੈਟੋਸ ਦੇ ਵਿੱਚ ਮੈਸ਼ ਮਿਕਸ ਹੋ ਚੁੱਕਾ, ਹੁਣ ਆਪਾਂ ਇਹਨੂੰ ਮੈਸ਼ ਕਰਾਂਗੇ। ਤੁਸੀਂ ਹੱਥ ਨਾਲ ਵੀ ਮੈਸ਼ ਕਰ ਸਕਦੇ ਜਾਂ ਇਹਨੂੰ ਤੁਸੀਂ ਮੈਸ਼ਰ ਦੇ ਨਾਲ, ਮੈਂ ਤਾਂ ਮੈਸ਼ਰ ਦੇ ਨਾਲ, ਕਿਉਂਕਿ ਮੈਨੂੰ ਹੱਥ ਜਿੱਦਾਂ ਮੈਂ ਅੱਗੇ ਮੈਨਸ਼ਨ ਕੀਤਾ ਮੈਨੂੰ ਆਟਾ ਗੁੰਨਣਾ ਬਹੁਤ ਔਖਾ ਲੱਗਦਾ, ਅਤੇ ਇਹ ਵੀ ਉਹੀ ਕੰਮ ਆ ਕਿ ਆਟੇ ਵਾਂਗੂ ਮਾਰੀ ਜਾਓ ਹੱਥ ਨੂੰ ਜਾਂ ਮਾਰੀ ਜਾਓ ਵਿੱਚ। ਹਾਂਜੀ, ਜਿਹੜਾ ਹੁਣ ਆਪਣੀ ਪਟੈਟੋਜ਼ ਮੈਸ਼ ਕਿ ਆਪਣੇ ਸਾਰੇ ਪਟੈਟੋਜ਼ ਮੈਸ਼ ਹੋ ਚੁੱਕੇ ਆ, ਹੁਣ ਆਪਾਂ ਇਹਨੂੰ ਰੱਖ ਦਾਂਗੇ ਜਿੰਨੀ ਦੇਰ ਇਨ ਦਾ ਮੀਨ ਟਾਈਮ ਆਪਣਾ ਜਿਹੜਾ ਡੋ ਬਣਾਈ ਸੀ ਆਪਾਂ ਇਹਦੀ ਉਹ ਰੈਡੀ ਹੋ ਚੁੱਕੀ ਹੋਣੀ ਆ। ਅਤੇ ਹੁਣ ਆਪਾਂ ਇਹਨੂੰ ਡੋ ਬਾਅਦ 'ਚ ਸਟਫਿੰਗ ਕਰਨ ਵੇਲੇ ਤੁਹਾਨੂੰ ਦੱਸੂਗੀ ਕਿੱਦਾਂ ਸਟਫਿੰਗ ਕਰਨੀ ਆ। ਬਹੁਤ ਈਜ਼ੀ ਆ, ਡਿਫਰੈਂਟ ਸਟਾਈਲ ਦੇ ਸਮੋਸੇ ਬਣਦੇ ਨੇ ਉਹਦੇ ਨਾਲ। ਹਾਂਜੀ, ਜਿਹੜਾ ਆਪਣਾ ਆਟਾ ਰੱਖਿਆ ਸੀ ਅੱਧਾ ਘੰਟਾ ਹੋ ਚੁੱਕਿਆ, ਹੁਣ ਆਪਾਂ ਨੂੰ ਦੇਖਾਂਗੇ ਕਿ ਕਿੱਦਾਂ ਦਾ ਸੌਫਟ ਹੋ ਗਿਆ। ਹਾਂਜੀ, ਆਪਣਾ ਆਟਾ ਜਿਹੜਾ ਹੈਗਾ ਸੌਫਟ ਹੋ ਚੁੱਕਾ, ਆਈ ਮੀਨ ਪਲੇਨ ਹੋ ਚੁੱਕਾ ਬਿਲਕੁਲ। ਹੁਣ ਆਪਾਂ ਇਹਦੀ ਰਿੰਗ ਸਮੋਸੇ ਬਣਾਉਣੇ ਸ਼ੁਰੂ ਕਰਾਂਗੇ, ਰਿੰਗ ਸਮੋਸਾ ਬਣਾਉਣੇ ਸ਼ੁਰੂ ਕਰਾਂਗੇ। ਅਤੇ ਜਿਹਦੇ ਲਈ ਆਪਾਂ ਆਇਨ ਆ ਪੇੜਾ ਲੈ ਲੈਣਾ ਹੈਗਾ ਆ, ਜਿੱਦਾਂ ਆਮ ਸਾਈਜ਼ ਦਾ ਪੇੜਾ ਹੁੰਦਾ ਉਹ ਲੈ ਲੈਣਾ ਹੈਗਾ। ਅਤੇ ਆਟਾ ਜਿਹੜਾ ਹਾਰਡ ਰੱਖਣਾ, ਹਾਂਜੀ ਆਟਾ ਮੈਂ ਜਿੱਦਾਂ ਪਹਿਲਾਂ ਦੱਸਿਆ ਸੀ ਹਾਰਡ ਰੱਖਣਾ ਹੈਗਾ, ਮਿਲਦਾ ਥੋੜ੍ਹਾ ਹਾਰਡ ਆ ਬਟ ਫਿਰ ਉਹ ਟੁੱਟਦੀ ਨਹੀਂ ਹੈਗੀ, ਕਿਉਂਕਿ ਮੈਦਾ ਨਾ ਮੈਨੂੰ ਲੱਗਦਾ ਫਿਰ ਇਹ ਸ਼ਰਿੰਕ ਹੋ ਜਾਂਦਾ ਹੈਗਾ ਰੋਟੀ ਵੇਲੀ ਦੀ। ਆਪਾਂ ਇਹਦੀ ਰੋਟੀ ਵੇਲ ਲੈਣੀ ਹੈਗੀ ਆ, ਪਰ ਰੋਟੀ ਵੇਲਣ ਵੇਲੇ ਤੁਹਾਨੂੰ ਮੈਂ ਦੱਸ ਦੂੰ ਕੋਸ਼ਿਸ਼ ਕਿ ਜਿੱਦਾਂ ਆਪਾਂ ਭਟੂਰਾ ਨਹੀਂ ਬਣਾਉਂਦੇ ਹੁੰਦੇ, ਲੰਬਾ ਲੰਬਾ ਹੁੰਦਾ ਆ, ਲੰਬਾਈ ਜ਼ਿਆਦਾ ਅਤੇ ਚੁੜਾਈ ਘੱਟ। ਹਾਂਜੀ, ਪਹਿਲਾਂ ਤੁਸੀਂ ਸਾਰੀ ਵੇਲ ਲਓ ਪਰ ਫਿਰ ਬਾਅਦ 'ਚ ਲੰਬਾਈ ਜ਼ਿਆਦਾ, ਥੋੜ੍ਹਾ ਜਿਹਾ ਹਾਰਡ ਵੇਲਦਾ ਬਟ ਠੀਕ ਰਹਿੰਦਾ। ਜੇ ਤੁਸੀਂ ਜ਼ਿਆਦਾ ਤੁਸੀਂ ਤੇਲ ਲਾ ਕੇ ਨਹੀਂ ਵੇਲ ਸਕਦੇ, ਪਤਲੀ ਬਣਾਉਣਾ ਆ, ਮੋਟਾ ਨਹੀਂ ਰੱਖਣਾ ਹੈਗਾ ਉਦੋਂ, ਜਾਂ ਜਿੱਦਾਂ ਸਕੁਅਰ ਟਾਈਪ ਥੋੜ੍ਹਾ ਜਿਹਾ ਹੋਵੇ ਜਿੱਦਾਂ ਚੌਰਸ ਪਰਾਂਠੀ ਬਣਾਈ ਦੀ ਚੌਰਸ ਟਾਈਪ। ਹਾਂਜੀ, ਜਾਂ ਉੱਦਾਂ ਦਾ ਹੋਵੇ। ਫਿਰ ਮੈਂ ਦੋਨੋਂ ਤਰੀਕੇ ਨਾਲ ਹੀ ਤੁਹਾਨੂੰ ਦੱਸਦੀ ਹਾਂ ਵੀ ਜਾਂ ਤੁਸੀਂ ਲੰਬਾ ਵੀ ਕਰ ਸਕਦੇ ਪਰ ਬਸ ਰਾਊਂਡ ਨਹੀਂ ਰੱਖਣਾ ਹੈਗਾ। ਹਾਂਜੀ, ਜਿਹੜਾ ਆਪਣੀ ਰੋਟੀ ਹੈਗੀ ਵਿਲ ਚੁੱਕੀ ਆ, ਤੁਸੀਂ ਦੇਖੋ ਬਹੁਤ ਪਤਲੀ ਹੋਣੀ ਚਾਹੀਦੀ ਆ, ਵਿੱਚ ਉਂਗਲਾਂ ਦਿਸਦੀਆਂ ਪਈਆਂ। ਹਾਂਜੀ, ਹੱਥ ਦਿਸਦੀਆਂ, ਇੰਨੀ ਪਤਲੀ ਹੋਣੀ ਚਾਹੀਦੀ ਆ।
क्योंकि जो आप स्टफिंग करके गोल गोल बनाना है उदो फिर मोटा हो जाना, इस करके रोटी जिन्नी पतली होनी बैटर होंगी। तो हम आप एक साइड तो आप थोड़ा जहा कट लाँगे, आप रखता साइड पर हम जी अपनी स्टफिंग थी टैटोज की हुई बनाई हुई वो आप हम ये फिल करेंगे। आलू उस तरह जो जिदा मतलब के रोटियां वास्ते बनाए उस तरह पूरी फिलिंग आलू करना जिदा उदा ही लेने, बल्कि थोड़ी चॉइस है तुम जो मर्जी आलू ऐड कर लो। मैं टमाटर भी ऐड किए, प्याज अदरक सारा कुछ मैं ऐड किया, पनीर भी पाया हो। हाँ जी पनीर भी पाया। हाँ जी हूँ आप इन इदा रख लाँगे, पता नहीं तुम क्लीयर पता लगता कि नहीं, होपफुली तो क्लीयर दिसता होगा। तो हूँ आप एक साइड को जो कटना ना भी इन्नी इन्नी नहीं कटनी हैगी, इतों की आप कटर के ना कट कट दे लेंगे इन्ने इन्ने पूरे एंड तक नहीं लै कट 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 करके लैके जाने, एक एक इंच के जो थोड़ी थोड़ी टाइम दूर छड़ के कट दे लेने हैं, ऑल द वे डाउन नहीं कटना है। देखो इदा कट लेना, इन्नी क जगह मैं फिर इन्नी छी हैगी। हूँ आप जी अपनी स्टफिंग के नाल आपां इन्हें राउंड राउंड करांगे, इहदे थोड़ा जिहा मैं मैदा पानी च रख्या होया घोल के, मैदा जां पाउडर हुंदा जिहड़ा अपना दूजा कॉर्न स्टार्च, आपां हुण इन्हें राउंड कर दी। उस इहदा करन दा इह कि इत्थे सारी जिहड़ी उह चिपक जांदी आ। हुण आपां जिहड़ा कि आह वाला साइड उहनूं अंदर नूं करना, जां तां जो कि जिहड़े अपने कट हैगे ने उह बाहर नूं आउण, जोड़न वास्ते भी लगाउणा हैगा। हाँ जी जोड़न वास्ते भी जिहड़ा आपां आह रोटी साइड ते हुंदी आ इहदे नाल आपां बाद च नूं जोड़ देणा, ते इह जिहड़ा कोरदा इहदे नूं जोड़ना। हाँ जी आह विच पा देणा, इक साइड दूजी साइड विच पा देणी, उहनूं थोड़ा जिहा प्रैस कर देणा, बाद च प्रेस करके जो आप है घोलो फिक्स एडजस्ट कर देना है। थोड़ा टाइम लगता बट देख बहुत सोहनी लगती है। तो जो अपना घोल आना जो कट के पीस रखा से आवला हूँ आप उपर लगा देना, तो देसी अपने कहते होंगे कोई ना कोई चीज़ जुगाड़ कर लिया। हूँ आप इदा रख के रख देना है, आए अपने इदा दे बन जाते हैं, पता नहीं सानू कट पता लगता जो आप फ्राई करा ना उदो बिल्कुल कट नजर आते हैं। प्लेट के रख एक बार ये थोड़ा जहाँ लगा दो कि जो कि जरा लीकुड जो आप मैदा घोल के मैं रखे हुआ दो चम्मच तो पानी की तरह इदा के मैं बना के रखे हुए हैं। मैं एक ऑलरेडी पहला बना लिया से फिर तो आप इधर बना के बाकी भी सारे इदा ही रख लाँगे, इस तरह सारे दे बना बनाने बस। हाँ जी पर सोहने लगते देखने सोहने लगते जो फ्राई हो गए, क्योंकि आम समोसे तो आप मम्मी मिल ही जाते हैं ना, ये समथिंग डिफरेंट है, कोई आ जाता है वो लाइक करता भी यूनीक चीज़ लगती हैगी चीज़ उ स्टफिंग उदी बनानी है सारा कुछ समोसे की तरह बना, बट के जो अपना प्रेजेंटेशन जो सोहनी लगती है देखने रिंग रिंग्स रिंग्स जो है ना। हाँ जी आप बाकी आटे भी इदा ही करके बना के रख लाँगे, पेड़ा थोड़ा सू दस वाला ले लियो, वेलना पतला ही है, जिनी पतली वीडी रोटी होगी। हाँ जी मैं दूजा ही रोटी वेल ली हैगी, हम फिर आप सैकेंड साइड तो जो अपना है कट लाँगे, थोड़ा जहा वा कटना चुके हैं कुछ नहीं पता लगता है क्योंकि आप जोड़ नहीं है, पर लगते जो बना के हटो तो बहुत सोहने लगते स्पेशली उन्होंने कुड़ियों वास्ते एक मजाक की गल होगी भी जो कोई कुड़ी या मुंडा किसी को देखने वास्ते जा ਕੁੜੀ ਵਾਲ ਨੇ ਮੁੰਡੇ ਵਾਲੇ ਜਦੋਂ ਕੁੜੀ ਵਾਲੇ ਨੂੰ ਦੇਖਣ ਆਉਣ ਤੇ ਕੁੜੀ ਕੁੜੀ ਪਹਿਲਾਂ ਬਣਾ ਕੇ ਰੱਖਦੇ ਘਰ, ਸਾਰਿਆਂ ਨੇ ਕਹਿਣਾ ਵੀ ਹਾਂ ਵੀ ਕੁੜੀ ਨੂੰ ਕੰਮ ਬੜਾ ਆਉਂਦਾ, ਇਹ ਤਾਂ ਪੂਰਾ ਹਲਵਾਈ ਦਾ ਕੰਮ ਜਾਣਦੀ ਵੀ ਇੰਪ੍ਰੈਸ ਕਰਨ ਵਾਸਤੇ ਵੀ ਹਾਂ ਵੀ ਅਸੀਂ ਇੰਪ੍ਰੈਸ ਕਰਨਾ ਹਨਾ ਯਾ ਸਹੀ ਗੱਲ ਹੈਗੀ ਆ, ਪਰ ਲੱਗਦੇ ਵੀ ਨਾ ਫਿਰ ਆਪ ਡਿਫਰੈਂਟ ਜੇ ਲੱਗਦੇ ਹਾਂ ਜੀ, ਨਾਲੇ ਸਾਰਾ ਉਹ ਮਟੀਰੀਅਲ ਤਾਂ ਉਦਾਂ ਹੀ ਆ ਇੱਕ ਸ਼ੇਪ ਡਿਫਰੈਂਟ ਦੇ ਦਿੱਤੀ ਡਿਫਰੈਂਟ ਤਰ੍ਹਾਂ ਦਾ ਪਰ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਨਾ ਯਾ
ਇਹਨੂੰ ਆਪਾਂ ਕਰ ਲਿਆ ਤੇ बाकी आटे की भी देखो सारी तरह प्रॉपर इतने जोड़ जाना जो थोड़ा जहा ठंडा सैट होना जी अपना पेस्ट बनाई हुई है लिक्विड जी वह लगा ये लगाई दो कप दो चम्मच मैदा लैके थोड़ा दो तीन चम्मच तुम वे पा लो पानी तो पेस्ट बन जाती है वह स्टफिंग जुड़ जाती है। देखो सारी रिंग्स कि सारे प्रॉपर नज़र आते हैं तुम भी इदा बनाओ तो बाद च आप इन्हें फ्राई करने फिर दिखावे ਉਨ ਦਾ ਮੀਨ ਟਾਈਮ ਮੈਂ ਸਾਰੇ ਬਣਾ ਕੇ ਰੱਖ ਲਾਂ ਫਿਰ ਮਿਲਦੇ ਆ ਬਾਅਦ ਵਿੱਚ। ਹਾਂਜੀ ਜਿਹੜੇ ਸਾਡੇ ਸਮੋਸਾ ਰਿੰਗ ਸੀ ਕਿ ਅਸੀਂ ਸਾਰੇ ਬਣਾ ਕੇ ਰੱਖ ਲਏ ਹੋਏ ਨੇ ਇਦਾਂ ਦੇ ਬਣਾਉਣ ਤੋਂ ਬਾਅਦ ਲੱਗਦੇ ਆ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ। ਹਾਂਜੀ ਤੇ ਫਰਾਈ ਕਰਨ ਤੋਂ ਬਾਅਦ ਬੜਾ ਕ੍ਰਿਸਪੀ ਜੇ ਬਣ ਜਾਂਦੇ ਨੇ ਫਿਰ ਤਾਂ ਮੈਂ ਦਿਖਾ ਦਿਖਾਉਂਗੀ ਕਿੱਦਾਂ ਦੇ ਬਣ ਲੱਗਦੇ ਹੈਗੇ ਨੇ ਤੇ ਸਾਡੇ ਗੈਸਟ ਵੀ ਆਉਣ ਵਾਲੇ ਹੀ ਨੇ ਹੋਰ ਅੱਧੇ ਘੰਟੇ ਤੱਕ ਉਹਨਾਂ ਨੇ ਆ ਜਾਣਾ ਅਤੇ ਇਸ ਤੋਂ ਪਹਿਲਾਂ ਅਸੀਂ ਥੋੜ੍ਹੇ ਜਿਹੇ ਡੀਪ ਫਰਾਈ ਕਰਕੇ ਰੱਖ ਲੈਣੇ ਹੈਗੇ ਨੇ। ਹਾਂਜੀ ਤੇਲ ਜਿਹੜਾ ਆਪਣਾ ਹੈਗਾ ਆ ਉਹ ਗਰਮ ਹੋ ਚੁੱਕਾ ਆ ਅਤੇ ਹੁਣ ਆਪਾਂ ਜਿਹੜੇ ਆਪਣੇ ਰਿੰਗ ਸਮੋਸਾ ਸੀ ਉਹਨਾਂ ਨੂੰ ਆਪਾਂ ਫਰਾਈ ਕਰਾਂਗੇ। ਆਪਾਂ ਇਹਨਾਂ ਨੂੰ ਵਨ ਬਾਏ ਵਨ ਕਰਕੇ ਵੀ ਕੱਟ ਸਕਦੇ ਹਾਂ ਜਦ ਤੁਸੀਂ ਦੋ ਇਕੱਠੇ ਪਾ ਦਿਓ ਜੇ ਤੁਹਾਡੀ ਕੜਾਹੀ ਵੱਡੀ ਆ ਜਾਂ ਪੈਨ ਵੱਡਾ ਜਿਹੜੇ ਜਿਸ ਤੁਸੀਂ ਤਲਣਾ ਆ ਉਸ ਮੁਤਾਬਿਕ ਤੁਸੀਂ ਦੋ ਪਾ ਸਕਦੇ ਹੋ ਅਤੇ ਗੈਸ ਮੇਰੀ ਮੀਡੀਅਮ ਹਾਈ 'ਤੇ ਆ ਕਿਉਂਕਿ ਜ਼ਿਆਦਾ ਜੇ ਹਾਈ 'ਤੇ ਕਰਾਂਗੇ ਸੜ ਜਾਂਦੇ ਨੇ। ਪਹਿਲਾਂ ਪਰ ਘਿਓ ਇੱਕਦਮ ਪਹਿਲਾਂ ਗਰਮ ਕਰ ਲਓ ਜੀ ਪਹਿਲਾਂ ਹਾਂ ਘਿਓ ਗਰਮ ਠੀਕ ਆ ਹਾਂਜੀ ਥੋੜ੍ਹਾ ਜਿਹਾ ਉਹਨੂੰ ਠੰਡਾ ਹੋਣ ਕਰ ਲਓ ਜੀ ਪਾਓ ਉਹਦੇ ਵਿੱਚ ਕਿਉਂਕਿ ਜਿੱਦਾਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਹੈਗਾ ਕਿ ਆਉਣਾ ਹੈਗਾ ਆਉਣ ਕਰਕੇ ਉਹਨਾਂ ਦੇ ਅਤੇ ਪਹਿਲਾਂ ਮੈਂ ਅੱਧੇ ਅੱਧੇ ਫਰਾਈ ਕਰਕੇ ਰੱਖ ਲੈਣੇ ਫਿਰ ਜਦੋਂ ਆਉਣਗੇ ਉਦੋਂ ਫਿਰ ਦੁਬਾਰਾ ਫਰਾਈ ਕਰ ਲਾਂਗੇ ਫਿਰ ਪੂਰੇ ਪੱਕ ਜਾਂਦੇ ਨੇ ਫਿਰ ਟਾਈਮ ਘੱਟ ਲੱਗਦਾ ਫਿਰ ਉਹ ਅਗਲੇ ਗਰਮ ਗਰਮ ਦੇ ਵੀ ਦੇਵਾਂਗੇ। ਹਾਂਜੀ ਤੁਸੀਂ ਇੱਦਾਂ ਕਰਕੇ ਇਹਨੂੰ ਫਲਿੱਪ ਕਰ ਲੈਣਾ ਹੈਗਾ ਆ ਸਾਡੀ ਕੜਾਹੀ ਵੱਡੀ ਹੈ ਤਿੰਨ ਵੀ ਪੈ ਜਾਣੇ ਆ ਚਾਰ ਪੈ ਜਾਣੇ ਨਹੀਂ ਪਰ ਤਿੰਨ ਠੀਕ ਆ ਫਿਰ ਆਪਾਂ ਹੌਲੀ ਹੌਲੀ ਕਰਕੇ ਬਣਾ ਦਿੰਦੇ ਰਿੰਗ ਸਮੋਸਾ ਆਪਣੇ ਆਪਣੇ ਤੇਲ 'ਚ ਫਰਾਈ ਕਰ ਲੈਣੇ ਅਤੇ ਇੱਦਾਂ ਦੇ ਹੋਣੇ ਚਾਹੀਦੇ ਜ਼ਿਆਦਾ ਨਾ ਤਾਂ ਡਾਰਕ ਅਤੇ ਨਾ ਜ਼ਿਆਦਾ ਲਾਈਟ ਦੇਖੋ ਤੁਸੀਂ ਇਹ ਤਾਂ ਗਰਮ ਬਹੁਤ ਆ ਅਤੇ ਇੱਦਾਂ ਦੇ ਬਣੇ ਹੁੰਦੇ ਨੇ ਸੋਹਣੇ ਲੱਗਦੇ ਇਹਦੇ ਨਾਲ ਬਹੁਤ ਈਜ਼ੀ ਆ ਬਣਾਉਣੇ ਗਰਮ ਬਹੁਤ ਲਾਈਕ ਕਰਕੇ ਦੱਸਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਅਤੇ ਸਾਡੇ ਘਰ ਗੈਸਟ ਜਿਹੜੇ ਸੀਗੇ ਆਲਰੇਡੀ ਆ ਚੁੱਕੇ ਨੇ ਖਾ ਪੀ ਕੇ ਚਲੇ ਗਏ ਆ ਹੁਣ ਆਪਾਂ ਭਾਂਡੇ ਮਾਂਜਣੇ ਆ ਸਲਾਹ ਖਰਾਬ ਤੁਸੀਂ ਵੀ ਇਸੇ ਤਰ੍ਹਾਂ ਸਮੋਸੇ ਬਣਾਇਓ ਅਤੇ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਅਤੇ ਆਪਣਾ ਕਮੈਂਟ ਦਿਓ ਵੀ ਕਿਸ ਤਰ੍ਹਾਂ ਦੇ ਤੁਹਾਡੇ ਜਿਹੜੇ ਹੈਗੇ ਸਮੋਸੇ ਬਣੇ ਅਤੇ ਬੱਚਿਆਂ ਨੂੰ ਕਿਵੇਂ ਦੇ ਲੱਗੇ ਹੈਗੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਜਿਹੜਾ ਬੈਲ ਨੋਟੀਫਿਕੇਸ਼ਨ ਆ ਉਹਨੂੰ ਔਨ ਕਰ ਲਓ ਤਾਂ ਜੋ ਕਿ ਜਿਹੜੀ ਆਉਣ ਵਾਲੀ ਫਿਊਚਰ ਵੀਡੀਓਜ਼ ਦੀ ਰੈਸਪੀ ਸਾਨੂੰ ਸਭ ਤੋਂ ਪਹਿਲਾਂ ਰੈਸਪੀ ਉਹਨਾਂ ਦੀ ਮਿਲ ਸਕੇ ਵੀਡੀਓਜ਼ ਅਤੇ ਫਿਰ ਆਪਾਂ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਖੁਸ਼ ਰਹੋ ਆਬਾਦ ਰਹੋ ਪਰਮਾਤਮਾ ਤੁਹਾਨੂੰ ਖੁਸ਼ੀਆਂ ਬਖਸ਼ੇ ਚੜ੍ਹਦੀਆਂ ਗੱਲਾਂ 'ਚ ਰੱਖੇ ਰੱਬ ਰੱਖੇ ਗੁੱਡ ਬਾਏ।